ਨਵੀਆਂ ਆਦਤਾਂ ਬਣਾਉਣ ਵਾਸਤੇ ਸਾਨੂੰ ਤਿੰਨ ਜਿਹੜੇ ਸਟੈਪ ਨੇ ਉਹ ਯੂਜ਼ ਕਰਨ ਦੀ ਲੋੜ ਪੈਂਦੀ ਆ ਪਹਿਲਾ ਹੈਗਾ ਕਿ ਸਾਨੂੰ ਨਾ ਰਿਮਾਈਂਡਰ ਚਾਹੀਦਾ ਰੋਜ਼ ਉਸੇ ਚੀਜ਼ ਦਾ ਕਿ ਆਹ ਕੰਮ ਰੋਜ਼ ਕਰਨਾ ਮੰਨ ਲਓ ਤੁਸੀਂ ਸਵੇਰੇ ਉੱਠਣਾ ਜਿਵੇਂ అలਾਰਮ ਲਾਉਨੇ ਹੋ ਸਵੇਰੇ ਉੱਠਣ ਦਾ ਉਹ ਵੀ ਜਿਹੜੀ ਆਦਤ ਤੁਸੀਂ ਨਵੀਂ ਪਾਉਣੀ ਚਾਹੁੰਦੇ ਹੋ ਉਹਦੇ ਵਾਸਤੇ ਕੋਈ ਚੀਜ਼ ਤੁਹਾਨੂੰ ਯਾਦ ਕਰਾਉਣ ਵਾਲੀ ਚਾਹੀਦੀ ਆ ਫਿਰ ਹੈਗਾ ਉਹਦੀ ਰੈਪੀਟੀਸ਼ਨ ਉਹਦਾ ਰੁਟੀਨ ਰੋਜ਼ ਉਹੀ ਚੀਜ਼ ਕਰਨੀ ਆ ਤੇ ਜਿੰਨੇ ਸਮੇਂ ਵਾਸਤੇ ਕਰ ਰਹੇ ਹੋ ਜਿਵੇਂ ਕਰ ਰਹੇ ਹੋ ਉਹਨੂੰ ਉਸੇ ਤਰ੍ਹਾਂ ਕਰਦੇ ਜਾਣਾ ਹੈਗਾ ਤੇ ਤੀਜਾ ਹੈਗਾ ਰਿਵਾਰਡ ਰਿਵਾਰਡ ਹੈਗਾ ਕਿ ਜਦੋਂ ਉਹਦਾ ਤੁਹਾਨੂੰ ਰਿਜ਼ਲਟ ਮਿਲਣ ਲੱਗ ਜਾਂਦਾ ਹੈਗਾ ਤਾਂ ਜਦੋਂ ਰਿਜ਼ਲਟ ਮਿਲਣ ਲੱਗ ਜਾਂਦਾ ਹੈਗਾ ਤਾਂ ਫਿਰ ਬੰਦਾ ਖੁਸ਼ ਹੋ ਕੇ ਆਪਣੇ ਆਪ ਹੀ ਉਹ ਆਦਤ ਨੂੰ ਪਕਾ ਲੈਂਦਾ ਤੇ ਲਗਾਤਾਰ ਕਰਦੇ ਰਹਿੰਦਾ ਹੈਗਾ ਜਿਵੇਂ ਕਿ ਤੁਸੀਂ ਫਿੱਟ ਹੋਣ ਵਾਸਤੇ ਐਕਸਰਸਾਈਜ਼ ਕਰਨੀ ਸ਼ੁਰੂ ਕਰਤੀ ਸਵੇਰੇ అలਾਰਮ ਲਾਇਆ ਤਾਂ ਤੁਹਾਨੂੰ ਰਿਮਾਈਂਡਰ ਮਿਲ ਗਿਆ ਰੂਟੀਨ ਦਾ ਮਤਲਬ ਤੁਸੀਂ ਰੋਜ਼ ਉਹੀ ਐਕਸਰਸਾਈਜ਼ ਕਰੀ ਉਸੇ ਟਾਈਮ ਤੇ ਤੀਜਾ ਹੈਗਾ ਰਿਵਾਰਡ ਮਿਲਿਆ ਜਦੋਂ ਤੁਸੀਂ ਫਿਟ ਹੋਏ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਬਹੁਤ ਫਿਟ ਹੋਗੇ ਤਾਂ ਇਹ ਤੁਹਾਡਾ ਰਿਵਾਰਡ ਹੈ ਜਦੋਂ ਤੁਹਾਨੂੰ ਇਹ ਮਿਲ ਗਿਆ ਤਾਂ ਤੁਸੀਂ ਇਸ ਚੀਜ਼ ਨੂੰ ਕੰਟੀਨਿਊ ਕਰੋਗੇ ਹੁਣ ਇੱਕ ਗੱਲ ਹੈ ਕਿ ਮਾੜੀਆਂ ਆਤਾਂ ਛੇਤੀ ਕਿਉਂ ਪੈ ਜਾਂਦੀਆਂ ਨੇ ਮਾੜੀਆਂ ਆਤਾਂ ਦੇ ਵਿੱਚ ਜਿਹੜਾ ਰਿਵਾਰਡ ਆ ਉਹ ਸਭ ਤੋਂ ਪਹਿਲਾਂ ਆ ਜਾਂਦਾ ਮੰਨ ਲਓ ਤੁਸੀਂ ਕੋਈ ਇਹੋ ਜੀ ਚੀਜ਼ ਖਾ ਰਹੇ ਹੋ ਜਿਹੜੀ ਬਹੁਤ ਸੁਆਦ ਹੈ ਤੇ ਮਿੱਠੇ ਨਾਲ ਭਰੀ ਹੋਈ ਹੈ ਤਾਂ ਤੁਹਾਨੂੰ ਉਹ ਖਾਣ ਸਾਰ ਸਵਾਦ ਆਊਗਾ ਤਾਂ ਤੁਹਾਨੂੰ ਉਹ ਵਧੀਆ ਲੱਗੂ ਤਾਂ ਰਿਵਾਰਡ ਮਿਲੂਗਾ ਤਾਂ ਉਹ ਆਦਤਾਂ ਛੇਤੀ ਪੱਕ ਜਾਂਦੀਆਂ ਨੇਗੀਆਂ ਉਮੀਦ ਹੈ ਗੱਲ ਚੰਗੀ ਲੱਗੀ ਹੋਊਗੀ